ਮੈਂ ਛੋਟੇ ਹੁੰਦੇ ਦੀ ਆਪਣੇ ਪਾਪਾ ਨਾਲ ਬਚਪਨ ਦੇ ਵਿੱਚ ਜਾਂਦੀ ਹੁੰਦੀ ਸੀ ਕਿ ਖੇਤਾਂ ਦੇ ਵਿੱਚ ਕੰਮ ਕਰੋ, ਮਤਲਬ ਵੈਸੇ ਸ਼ੌਂਕ ਨੂੰ ਹੀ ਚਲੀ ਜਾਂਦੀ ਹੁੰਦੀ ਸੀਗੀ ਅਤੇ ਉੱਥੋਂ ਹੀ ਹੌਲੀ ਹੌਲੀ ਮੈਨੂੰ ਸੁਭਾਅ ਪਿਆ ਅਤੇ ਪਿਛਲੇ 3 ਸਾਲ ਤੋਂ ਅਸੀਂ ਖੇਤ ਮੈਂ ਪਾਪਾ ਨਾਲ ਹੀ ਕੰਮ ਕਰਵਾ ਰਹੀ ਹਾਂ। ਇਹਨੇ ਜਦੋਂ ਅੱਗ ਲਾਉਣੋਂ ਸਾਨੂੰ ਰੋਕਤਾ, ਅਸੀਂ ਜਦ ਦੀ ਇਹਦੇ ਅੱਗ ਲਾਈ ਨਹੀਂ ਹੈਗੀ, ਇਹ ਸਾਡੇ ਨਾਲ ਹੈ, ਪੂਰੀ ਸਾਡੀ ਹੈਲਪ ਕਰਦੀ ਹੈ ਜੀ, ਸਾਰੀ ਸਾਰੀ ਨਾਲ ਵਜਾਉਂਦੀ ਹੈ, ਕਾਲਜ ਵੀ ਜਾਂਦੀ ਹੈ ਵਿੱਚ ਦੀ ਟਾਈਮ 'ਚੋਂ ਟਾਈਮ ਕੱਢ ਕੇ। ਹੁਣ ਇਹ ਪੜ੍ਹੀ ਹੋਈ ਹੈ ਜੀ, ਅਸੀਂ ਘੱਟ ਪੜ੍ਹੇ ਹੋਇਆਂਗੇ, ਇਹਨੂੰ ਜ਼ਿਆਦਾ ਪਤਾ ਹੈਗਾ ਵੀ ਇੰਨੀਆਂ ਇੰਨੀਆਂ ਚੀਜ਼ਾਂ ਦਾ ਨੁਕਸਾਨ ਹੁੰਦਾ, ਪਾ ਚੀਜ਼ਾਂ ਸਾਡੀਆਂ ਅੱਖਾਂ ਹੀ ਨਹੀਂ ਖੁੱਲੀਆਂ ਨੇ ਜੀ ਕੁੜੀ ਨੇ, ਮਤਲਬ ਕਰਿਆ ਜੀ ਵੀ ਆਪਾਂ ਪ੍ਰਦੂਸ਼ਣ ਨਹੀਂ ਕਰਨਾ ਇੰਨੇ ਜੀਵ ਜੰਤੂ। ਮੈਨੂੰ ਨਾ ਛੋਟੇ ਹੁੰਦੇ ਤੋਂ ਹੀ ਥੋੜ੍ਹੀ ਰੈਸਪੀਰੇਟਰੀ ਪ੍ਰੋਬਲਮ ਰਹਿੰਦੀ ਸੀਗੀ ਅਤੇ ਉਹਦੇ ਕਰਕੇ ਮੇਰਾ ਸਾਹ ਵਗੈਰਾ ਚੜ੍ਹ ਜਾਂਦਾ ਹੁੰਦਾ ਸੀ ਜਦੋਂ ਪਰਾਲੀ ਵਗੈਰਾ ਨੂੰ ਅੱਗ ਲਗਾਉਂਦੇ ਸੀਗੇ। ਅਤੇ ਫਿਰ ਇੱਕ ਦਿਨ ਮੈਂ ਪਾਪਾ ਨੂੰ ਕਿਹਾ ਵੀ ਕਿਉਂ ਨਾ ਪਾਪਾ ਆਪਾਂ ਬਿਨਾਂ ਅੱਗ ਲਗਾਈ ਆਪਾਂ ਕੰਮ ਬੀਜ ਵਗੈਰਾ ਕਰੀਏ ਤਿਆਰ, ਅਤੇ ਪਾਪਾ ਨੇ ਵੀ ਮੇਰਾ ਪੂਰਾ ਸਹਿਯੋਗ ਦਿੱਤਾ ਅਤੇ ਮੇਰੀ ਪੂਰੀ ਆਪਣੇ ਸਾਡੇ ਪਿੰਡ ਨੇ ਵੀ ਮੈਨੂੰ ਬਹੁਤ ਜਦੋਂ ਬਜ਼ੁਰਗ ਮੈਨੂੰ ਮਤਲਬ ਸਿਰ 'ਤੇ ਹੱਥ ਰੱਖਦੇ ਆ ਕਿ ਮੇਰਾ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ, ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। 2006-07 ਦੇ ਵਿੱਚ ਇੱਕ ਦੋ ਕਿਲਿਆਂ ਜਾਂ 'ਚ ਸ਼ੁਰੂਆਤ ਕੀਤੀ ਸੀ, ਉਦੋਂ ਇੰਨੀ ਕੋਈ ਟੈਕਨੋਲੋਜੀ ਵੀ ਨਹੀਂ ਸੀਗੀ, ਮਤਲਬ ਬਹੁਤ ਅਖਿਆਈ ਨਾਲ ਕਰਦੇ ਜੀ ਇਹਨੂੰ, ਅਸੀਂ ਕੁਛ ਅੱਗ ਲਾ ਦੇਣੀ, ਥੋੜ੍ਹੀ ਜਿਹੀ ਬੀਜ ਲੈਣੀ। ਊਂ ਹੁਣ ਅਸੀਂ 3-4 ਸਾਲ ਤੋਂ ਪ੍ਰੋਪਰ ਲੱਗੇ ਹੋਏ ਹਾਂਗੇ, ਸਾਡੇ ਜਦ ਤੱਕ ਆ ਸਾਡੇ ਨਾਲ ਗੁੱਡੀ ਲੱਗੀ ਹੋਈ ਆ, ਕੁੜੀ ਲੱਗੀ ਆ। ਇੱਕ ਵਾਰ ਮੇਰੇ ਵੀ ਮਨ 'ਚ ਖਿਆਲ ਆਇਆ ਸੀ ਵੀ ਮੈਂ ਬਾਹਰ ਜਾਵਾਂ, ਕਿਉਂਕਿ ਮੇਰਾ ਸਾਰਾ ਫਰੈਂਡ ਸਰਕਲ ਬਾਹਰ ਆ, ਕੈਨੇਡਾ, ਆਸਟ੍ਰੇਲੀਆ, ਅਤੇ ਮੈਂ ਆਇਲਸ ਵੀ ਕਲੀਅਰ ਕੀਤੀ ਅਤੇ ਮੇਰਾ ਆਫਰ ਲੈਟਰ ਵੀ ਆ ਗਿਆ ਸੀ। ਆਫਰ ਲੈਟਰ ਆਉਣ ਤੋਂ ਬਾਅਦ ਮੈਂ ਸੋਚਿਆ ਕਿ ਕਿਉਂ ਨਾ ਇੱਥੇ ਹੀ ਰਹਿ ਕੇ ਕੁਛ ਕੀਤਾ ਜਾਵੇ। ਫਿਰ ਮੈਂ ਇਹਨੂੰ ਕਿਹਾ ਵੀ ਬੇਟਾ ਤੁਸੀਂ ਜੇ ਕਰਨਾ ਤਾਂ ਉਰੇ ਕਿਹੜਾ ਆਪਾਂ ਕਰ ਨਹੀਂ ਸਕਦੇ, ਪੰਜਾਬ ਦੇ ਵਿੱਚ ਰਹਿ ਕੇ ਵੀ ਸਭ ਕੁਛ ਕਰ ਸਕਦੇ ਹਾਂ, ਵੀ ਇਹੋ ਜਿਹਾ ਕੋਈ ਕੰਮ ਹੀ ਨਹੀਂ ਜਿਹਨੂੰ ਆਪਾਂ ਨਾ ਕਰ ਸਕੀਏ। ਚਲੋ ਅਸੀਂ ਉਹ ਕੈਂਸਲ ਕਰਕੇ ਜੀ ਸਾਰਾ ਇੱਧਰ ਖੇਤੀ 'ਚ ਜੁੱਟ ਗਈ ਇਹ, ਅਤੇ ਹੁਣ 3-4 ਸਾਲ ਦੀ ਜਾਂਦੀ ਹੈ, ਇਹ ਸਾਰਾ ਕੰਮ ਨਾਲ ਸੰਭਾਲਦੀ ਹੈ ਜੀ, ਹੈਪੀ ਸੀਟਰ ਨਾਲ ਮੇਰੇ ਨਾਲ ਵਜਾਉਂਦੀ ਆ ਵੀ ਅੱਗ ਨਹੀਂ ਲਾਉਣੀ ਆਪਾਂ ਨੇ। ਬਹੁਤ ਚੰਗਾ ਲੱਗਦਾ ਖੇਤੀ ਕਰਵਾਉਣਾ, ਅਤੇ ਮੈਂ ਸਾਰਾ ਬੀਜ ਵਗੈਰਾ ਜਿੰਨਾ ਖੇਤ ਅਤੇ ਰੇ ਜਿੰਨਾ ਵੀ ਪੈਣਾ ਹੁੰਦਾ ਹੈਗਾ ਬੀਜ ਵਗੈਰਾ ਮੈਨੂੰ ਹੌਲੀ ਹੌਲੀ ਪਾਪਾ ਨੇ ਸਿਖਾਤਾ ਸੀ। ਮੈਨੂੰ ਹੁਣ ਇਹ ਪਤਾ ਹੈਗਾ ਵੀ ਕਿੰਨਾ ਬੀਜ ਪੈਣਾ, ਕਿੰਨਾ ਕੀ ਸਭ ਕੁਛ। ਮੇਰੇ ਨਾਨਕਾ ਪਰਿਵਾਰ ਨੇ ਵੀ ਇਹ ਬਿਨਾਂ ਅੱਗ ਲਗਾਏ ਬੀਜਣ ਦਾ ਫੈਸਲਾ ਕੀਤਾ, ਅਤੇ ਮੈਂ ਹੁਣ ਇੱਥੇ ਬਿਜਵਾਉਣ ਵੀ ਆਈ ਹੋਈ ਹਾਂ, ਕਿਉਂਕਿ ਉਹ ਕਹਿੰਦੇ ਕਿ ਜੇਕਰ ਤੂੰ ਆਏਂਗੀ ਤਾਂ ਅਸੀਂ ਤਾਂ ਹੀ ਬੀਜਾਂਗੇ। ਅਤੇ ਮੈਂ ਚਾਹੁੰਦੀ ਹਾਂ ਕਿ ਜੋ ਇਹ ਅੱਜ ਮੈਨੂੰ ਮੇਰਾ ਨਾਨਕਾ ਪਰਿਵਾਰ ਦੇਖ ਕੇ ਮੈਨੂੰ ਉਤਸ਼ਾਹਿਤ ਹੋਇਆ, ਤਾਂ ਕੱਲ੍ਹ ਨੂੰ ਹੋਰ ਪਰਿਵਾਰ ਹੋਰ ਲੋਕ ਮੇਰੇ ਨਾਲ ਜੁੜਨ, ਤਾਂ ਜੋ ਬਿਨ ਅੱਗ ਲਗਾਏ ਆਪਾਂ ਅਸੀਂ ਆਪਣੀ ਕਣਕ ਬੀਜ ਸਕੀਏ। ਇਹਦਾ ਬਹੁਤ ਸੋਇਲ 'ਤੇ ਬਹੁਤ ਜ਼ਿਆਦਾ ਮਤਲਬ ਬੈਟਰ ਰਹਿੰਦੀ ਹੈ, ਕਿਉਂਕਿ ਜਿਹੜੀ ਪਰਾਲੀ ਹੈਗੀ ਉਹ ਡੀਕੰਪੋਜ਼ ਹੋ ਜਾਂਦੀ ਹੈ, ਅਤੇ ਉਹਦੀ ਬਹੁਤ ਜ਼ਿਆਦਾ ਬੈਨੀਫਿਟ ਰਹਿੰਦਾ ਸਾਨੂੰ, ਅਤੇ ਇਹਦਾ ਇਨਵਾਇਰਮੈਂਟਲ ਅਤੇ ਇਨਵਾਇਰਮੈਂਟ ਲਈ ਵੀ ਬਹੁਤ ਜ਼ਿਆਦਾ ਬੈਟਰ ਹੈ, ਕਿਉਂਕਿ ਅਤੇ ਇਹਦੇ ਨਾਲ ਜੀਵ ਜੰਤੂ ਨੇ ਉਹ ਵੀ ਬਚ ਜਾਂਦੇ ਨੇ, ਕਿਉਂਕਿ ਜਿਹੜੇ ਸੋਇਲ ਦੇ ਵਿੱਚ ਰਹਿੰਦੇ ਨੇਗੇ। ਅਤੇ ਮੇਰੀ ਇਹ ਵੀ ਬੇਨਤੀ ਹੈ ਸਰਕਾਰ ਨੂੰ ਕਿ ਉਹ ਲੋਕਾਂ ਨੂੰ ਉਤਸ਼ਾਹਿਤ ਕਰੇ, ਉਹਨਾਂ ਨੂੰ ਸਹੀ ਢੰਗ ਦੱਸੇ।